ਇੱਕ ਮਿੰਟ ਉਸਾਮਾ ਭਾਈ ਅਸਲਾਮ ਵਾਲੇਕੁਮ ਅਤੇ ਜਨਾਬ ਪੰਜੂਆਣੇ ਦੇ ਸਰਦਾਰੋ ਸਤਿ ਸ਼੍ਰੀ ਅਕਾਲ। ਇਸ ਟਾਈਮ ਮੇਰੇ ਵਾਲਦ ਸਾਹਿਬ ਨੇ ਬਾਬਾ ਜੀ ਹਾਜੀ ਮਹਿਮੂਦ ਅਖਤਰ ਸਾਹਿਬ ਅਤੇ ਮਾਸ਼ਾਅੱਲਾ 100 ਸਾਲ ਤੋਂ ਉੱਤੇ ਇਹਨਾਂ ਦੀ ਉਮਰ ਏ ਅਤੇ ਬਾਕੀ ਇਹਨਾਂ ਦੇ ਸਾਰਾ ਪਰਿਵਾਰ ਏ। ਰਾਣਾ ਫਖਰ ਯਾਤ ਐਡਵੋਕੇਟ ਸਾਹਿਬ ਨੇ, ਸੀਨੀਅਰ ਵਕੀਲ ਆਪਣੇ ਸਾਹਿਬਵਾਲ ਦੇ, ਰਾਣਾ ਸਜਾਦ ਸਾਹਿਬ ਨੇ, ਰਾਣਾ ਅਰਫਾਨ ਸਾਹਿਬ ਨੇ, ਵਿਕਾਸ ਸਾਹਿਬ ਨੇ, ਉਸਾਮਾ ਸਾਹਿਬ ਨੇ, ਕਾਸ਼ਫ ਮੁਹੰਮਦ ਜ਼ੈਨ। ਅਤੇ ਹੁਣ ਅਸੀਂ ਬਾਬਾ ਜੀ ਤੋਂ ਪੁੱਛਦੇ ਹਾਂ, ਤੁਸੀਂ ਅੱਬਾ ਜੀ ਉੱਥੇ ਤੁਹਾਡਾ ਕਿਹੜਾ ਪਿੰਡ ਸੀ ਇੰਡੀਆ 'ਚ ਅਤੇ ਤਹਿਸੀਲ ਕਿਹੜਾ ਸੀ ਅਤੇ ਜ਼ਿਲ੍ਹਾ? ਸਹੀ ਸਹੀ। ਅਤੇ ਪਿੰਡ ਪੰਜੂਆਣੇ 'ਚ ਕਿਹੜੀਆਂ ਕਿਹੜੀਆਂ ਕੌਮਾਂ ਹੈਗੀਆਂ ਸਨ ਉੱਥੇ? ਅੱਛਾ, ਨਾ ਯਾਦ ਨਹੀਂ ਹੁੰਦਾ? ਅੱਛਾ, ਤੇ ਹੋਰ ਕੌਣ ਸਨ? ਸਿੱਖ ਵੀ ਹੈਗੇ ਸਨ? ਸਹੀ। ਤੇ ਨੰਬਰਦਾਰ ਕੌਣ ਸੀ ਉੱਥੋਂ ਪੰਜੂਆਣੇ ਦਾ? ਯਾਦ ਨਹੀਂ ਆਉਂਦਾ ਪਿਆ। ਮੁਸਲਮਾਨ ਹੀ ਸੀ? ਅੱਛਾ ਅੱਛਾ। ਤੇ ਉੱਥੇ ਜੋ ਇਹ ਕੌਮ ਬੈਠੀ ਸੀ ਜ਼ਿਆਦਾ, ਤੇ ਹੋਰ ਇਸ ਤੋਂ ਇਲਾਵਾ ਮੁਸਲਮਾਨ ਕਿਹੜੀ ਕੌਮ ਸੀ? ਹਾਂਜੀ, ਮੁਗਲ ਸਨ। ਅੱਛਾ, ਤੇ ਤੁਸੀਂ ਪੰਜੂਆਣੇ ਤੋਂ ਬਾਅਦ ਫਿਰ ਕਿੱਥੇ ਹਿਜਰਤ ਕਰਕੇ ਪਾਕਿਸਤਾਨ 'ਚ ਕਿਵੇਂ ਅਪੜੇ ਸੋ? ਬੀਕਾਨੇਰ ਦੇ ਰਸਤੇ। ਹਾਂਜੀ ਜੀ ਜੀ। ਅੱਛਾ, ਪੰਜੂਆਣੇ 'ਚ ਮਸਜਿਦਾਂ ਕਿੰਨੀਆਂ ਸਨ? ਮਸੀਤਾਂ ਅੱਛਾ, ਉਹ ਤੁਹਾਡੇ ਹੁੰਦਿਆਂ ਹੀ ਬਣੀ ਸੀ? ਉਦੋਂ ਹੀ ਮੁਸਲਮਾਨਾਂ ਨੇ ਬਣਾਈ ਸੀ? ਸਹੀ ਸਹੀ। ਤੇ ਪੰਜੂਆਣੇ ਨੂੰ ਪੰਜੂਆਣਾ ਕਿਉਂ ਸੱਦਦੇ ਸਨ? ਅੱਛਾ, ਉਹਨਾਂ ਦੀਆਂ ਦਰਗਾਹਾਂ ਉੱਥੇ ਹੈਗੀਆਂ ਸਨ? ਸਰਸਾ ਤੁਸੀਂ ਵੇਖਿਆ ਸੀ ਤਹਿਸੀਲ ਆਪਦੀ, ਸਰਸੇ ਗਏ ਸੋ? ਹਾਂਜੀ। ਤੇ ਮੰਡੀ ਕਿਹੜੀ ਹੁੰਦੀ ਸੀ ਤੁਹਾਡੀ ਉੱਥੇ? ਫਿਰ ਕਣਕ ਕੁਣਕ ਜਾਂ ਬਾਜਰਾ ਕਿੱਥੇ ਵੇਚਦੇ ਸੋ? ਅੱਛਾ, ਤੇ ਨੇੜੇ ਤੇੜੇ ਕੋਈ ਮੇਲਾ ਵੀ ਲੱਗਦਾ ਸੀ ਨਜ਼ਦੀਕ? ਅੱਛਾ, ਤੇ ਦੂਸਰਾ ਤੁਹਾਡੇ ਉੱਥੇ ਕੋਈ ਸਕੂਲ ਵੀ ਹੈਗਾ ਸੀ ਪੰਜੂਆਣੇ ਕਿ ਨਹੀਂ? ਸਰਕਾਰੀ ਸਕੂਲ ਹੈਗਾ ਸੀ ਪੰਜਾਂ ਜਮਾਤਾਂ ਦਾ ਸੀ? ਸਹੀ। ਤੇ ਤੁਹਾਡੇ ਕੋਈ ਬੇਲੀ ਉੱਥੇ? ਸਾਡੇ ਨਾ
ਸਹੀ ਤੇ ਉੱਥੇ ਕੋਈ ਹਿੰਦੂਆਂ ਦੇ ਬਾਲ ਛੋਰ ਜਾਂ ਸਿੱਖਾਂ ਦੇ ਕੋਈ ਤੁਹਾਡੇ ਬੇਲੀ ਹੈਗੇ ਸਨ? ਹੁਣ ਨਹੀਂ ਯਾਦ ਹੈ ਮੁਸਲਮਾਨ ਹੁੰਦੇ ਸਨ ਉੱਥੇ, ਜ਼ਿਆਦਾ ਮੁਗਲ ਤੇ ਜੋਈਏ ਸਨ। ਅੱਛਾ।